ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜਗਤਪੁਰਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਵੀਰ ਸ਼ਮਸ਼ੇਰ ਸਿੰਘ ਦੇ ਕੋਲ। ਫਤਿਹਪੁਰ ਪਿੰਡ ਥੋੜ੍ਹੀ ਦੂਰੀ 'ਤੇ ਅਲਗੋਂ ਕੋਠੀ, ਇੱਕ ਪਾਸੇ ਬੱਲਿਆਂ ਵਾਲਾ, ਬੈੜਵਾਲ, ਇਹ ਪਿੰਡ ਜਿਹੜੇ ਆ ਦੋਸਤੋ ਬਿਲਕੁਲ ਨਾਲ ਲੱਗਦੇ ਆ। ਅਤੇ ਖਾਸ ਵਿਜ਼ਿਟ ਤੁਸੀਂ ਪਿੰਡ ਜਗਤਪੁਰੇ ਕਰਨੀ ਆ ਵੀਰ ਸ਼ਮਸ਼ੇਰ ਦੇ ਕੋਲ ਆਏ ਹਾਂ। ਦੋਸਤੋ ਪਹਿਲਾਂ ਵੀਡੀਓ ਕਾਫੀ ਆਪਾਂ ਇਸ ਘਰੋਂ ਅਪਲੋਡ ਕੀਤੀਆਂ ਨੇ, ਜਿੱਦਾਂ ਕਿ ਪਸ਼ੂ ਵੀ ਜਾਇਜ਼ ਹੁੰਦੇ ਆ ਦੋਸਤੋ, ਅਤੇ ਪਸ਼ੂ ਵੀ ਚੰਗੇ ਹੁੰਦੇ ਆ। ਇਹ ਸਾਰੇ ਵੀਰ ਜਾਣਦੇ ਆ ਜਿੰਨੇ ਵੀ ਆਪਣੇ ਨਾਲ ਤੁਸੀਂ ਜੁੜੇ ਹੋ, ਜਿਹੜੇ ਵੀ ਵੀਰ ਵਪਾਰ ਦਾ ਕੰਮ ਕਰਦੇ, ਜਿਸ ਜਿਸ ਘਰ ਤੋਂ ਆਪਾਂ ਵੀਡੀਓ ਪਾਉਂਦੇ ਹਾਂ ਦੋਸਤੋ, ਕਵਰੇਜ ਕਰਦੇ ਹਾਂ, ਉਹਨਾਂ ਦਾ ਜਿਹੜਾ ਰੇਟ ਪੜਤਾ ਸਾਰੇ ਵੀਰਾਂ ਨੂੰ ਪਤਾ। ਬਾਕੀ ਸ਼ਮਸ਼ੇਰ ਬਾਈ ਦੇ ਰੇਟ ਚੰਗੇ ਹੁੰਦੇ ਆ, ਪਸ਼ੂ ਵੀ ਚੰਗੇ ਹੁੰਦੇ ਆ, ਬਾਕੀ ਸਮੇਂ ਸਮੇਂ ਨਾਲ ਤੁਸੀਂ ਜਿਹੜਾ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੀ। ਅੱਜ ਦੋਸਤੋ 26 ਅਕਤੂਬਰ ਨੂੰ ਆਪਾਂ ਇਹ ਕਵਰੇਜ ਕਰਦੇ ਹਾਂ। ਸਮਾਂ ਤੁਸੀਂ ਨੋਟ ਕਰ ਲਓ, 11 ਵਜੇ ਦਾ ਬਿਲਕੁਲ ਸਮਾਂ। ਇੱਕ ਝੋਟੀ ਬਿਲਕੁਲ ਨਵੀਂ ਝੋਟੀ ਦਿਖਾ ਦੇਣੀ ਆ, ਬਿਲਕੁਲ ਭੋਡੀ ਝੋਟੀ ਆ, ਇੱਕ ਮੱਝ ਦਿਖਾਵਾਂਗੇ, ਬਹੁਤ ਸੋਹਣੇ ਆਰਡਰ ਦੀ ਕੁਆਲਿਟੀ ਵਾਲੀ ਆ, ਅਤੇ ਚੰਗੀ ਮਿਲਕਿੰਗ ਜਿਹੜੀ ਦੋਸਤੋ ਕਰਵਾਉਣ ਦੀ ਸੰਭਾਵਨਾ ਇਸ ਮੱਝ ਤੋਂ ਆਪਾਂ ਕਰ ਸਕਦੇ ਹਾਂ। ਅਤੇ ਆ ਜਾਓ ਕਰਦੇ ਹਾਂ ਗੱਲਬਾਤ ਵੀਰ ਸ਼ਮਸ਼ੇਰ ਦੇ ਨਾਲ, ਪੁੱਛਦੇ ਹਾਂ ਕੀ ਇਨਫੋਰਮੇਸ਼ਨ, ਕੀ ਡਿਟੇਲ ਆ ਜਿਹਨਾਂ ਪਸ਼ੂਆਂ ਦੀ ਰਹੂਗੀ। ਬਾਕੀ ਰੇਟ ਭਾਅ ਪੜਤਾ ਬਿਲਕੁਲ ਇਸੇ ਵੀਡੀਓ ਦੇ ਵਿੱਚ ਕਰ ਦਿੱਤਾ ਜਾਊਗਾ। ਸਭ ਤੋਂ ਪਹਿਲਾਂ ਵੀਰ ਸ਼ਮਸ਼ੇਰ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਵੀਰ ਜੀ, ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਠੀਕ ਠਾਕ, ਵਧੀਆ, ਤੁਸੀਂ ਸੁਣਾਓ, ਪਰਿਵਾਰ ਸਾਰਾ ਠੀਕ ਠਾਕ ਹੈ? ਬਹੁਤ ਵਧੀਆ, ਠੀਕ ਠਾਕ ਜੀ, ਵਧੀਆ ਚਾਹੀਦਾ ਜੀ। ਅੱਛਾ ਸ਼ਮਸ਼ੇਰ ਭਾਈ ਜੀ, ਉੱਥੇ ਆਪਣੇ ਪਸ਼ੂ 3 ਪਾਏ ਸੀ, ਹੋ ਗਏ ਸੀ ਸੇਲ? ਹਾਂਜੀ, 3 ਸੇਲ ਹੋ ਗਏ। ਠੀਕ ਹੈ, ਨਾਲੇ ਰੇਟ ਪੜਤਾ ਵੀ ਬਿਲਕੁਲ ਜਾਇਜ਼ ਜੀ। ਹਾਂਜੀ, ਉਦੋਂ 10-15 ਮਿੰਟਾਂ 'ਚ 3 ਵਿਕ ਗਏ। ਠੀਕ ਹੈ, ਹਾਂਜੀ। ਤੇ ਮੱਝ ਅੱਜ ਵੀ ਬੜੀ ਖੂਬਸੂਰਤ ਲਿਆਂਦੀ ਜੀ। ਹਾਂਜੀ, ਮੱਝ ਬਹੁਤ ਚੰਗੀ ਹੈ। ਹਾਂ, ਮੱਝ ਦੁੱਧ ਵਾਲੀ ਆ। ਹਾਂਜੀ, ਬਹੁਤ ਦੁੱਧ ਵਾਲੀ ਆ, ਮੱਝ ਚੰਗੀ ਆ, ਠੰਡੀ ਧੀਰੀ ਆ। ਠੀਕ ਹੈ, ਤੇ ਆ ਵੀ ਥੋੜਾ ਜਿਹਾ ਪੱਖ ਜਿਹੜਾ ਨੀਲੀ ਦੀ ਆ ਜਾਂਦਾ। ਹਾਂਜੀ, ਨੀਲੀ 'ਚ ਥੋੜਾ ਜਿਹਾ ਆਉਂਦਾ, ਪੈਰ ਚਿੱਟੇ ਆ, ਮਗਰਲੇ ਪੈਰ ਮੱਥਾ ਵੀ ਚਿੱਟਾ, ਹਵਾਨਾ ਬਿਲਕੁਲ, ਹਵਾਨੇ ਤੇ ਵੀ ਨਹੀਂ, ਹਵਾਨੇ ਤੇ ਵੀ ਡੱਬ ਹੈਗਾ ਬਿਲਕੁਲ। ਅੱਖ ਵਿਹੜੀ ਬਿੱਲੀ ਮਣਕੀ ਦੱਸੋ ਅੱਖ ਆ। ਹਾਂਜੀ, ਤੇ ਮੱਝ ਜਿਹੜੀ ਓਵਰਆਲ ਜਿੰਨੀ ਵੀ ਆ ਬਿਲਕੁਲ ਨੀਲੀ ਦੇ ਵਿੱਚ ਪੈਂਦੀ ਆ, ਪੜੇ ਪੜੇ ਨਵਾਏ ਆ। ਬਾਕੀ ਸ਼ਮਸ਼ੇਰ ਭਾਈ, ਇਹ ਸੂਆ ਕਿੰਨਾ ਸੁਦੀ ਆ? ਸੂਆ ਵੀਰ ਜੀ, ਘਰ ਵਾਲਿਆਂ 3 ਆਖਿਆ, ਤੁਸੀਂ 4 ਵੀ ਮੰਨ ਕੇ ਚੱਲੋ। ਠੀਕ ਹੈ ਜੀ, ਕਿਉਂ ਘਰ ਵਾਲੇ 1-2 ਝੂਠ ਮਾਰ ਹੀ ਦਿੰਦੇ ਆ। ਬਿਲਕੁਲ, ਇਹ ਆ ਵੀ ਉਹਨਾਂ 3 ਆਖਿਆ, ਤੁਸੀਂ ਭਾਵੇਂ 3 ਮੰਨ ਲਓ ਤੇ ਭਾਵੇਂ ਮੰਨ ਲਓ 4 ਚੌਥਾ। ਹਾਂਜੀ, ਠੀਕ ਆ ਜੀ। ਤੇ ਦੇਣ ਹਜੇ ਲੈ ਜੂ ਬੱਚੇ, ਦੇਣ ਭਾਵੇਂ ਅੱਜ ਸੂਪੇ ਜਾਂ ਕੱਲ ਨੂੰ ਸੂਪੇ, ਤਿਆਰੀ ਆ ਨਾ? ਬਿਲਕੁਲ ਤਿਆਰ ਆ। ਠੀਕ ਆ, ਹਾਂਜੀ, ਲਓ ਵੀ ਦੋਸਤੋ ਹੈ ਪ੍ਰੋਪਰ ਪੂਰੀ ਤਿਆਰੀ ਤੇ ਆ ਹਵਾਨੇ ਵੱਲੋਂ, ਜੇਕਰ ਆਪਾਂ ਦੇਖੀਏ ਤੇ ਤਿਆਰੀ ਬਿਲਕੁਲ ਬਣਾ ਥਣਾ, ਬਿਲਕੁਲ ਤਿਆਰੀ ਆ। ਹੋ ਸਕਦਾ ਵੀ 1-2 ਦਿਨ ਦੋਸਤੋ ਕੱਢ ਵੀ ਸਕਦੀ ਆ, ਤੇ ਅੱਜ ਭਲਕ ਸੂ ਵੀ ਸਕਦੀ ਆ। ਠੀਕ ਆ, ਜਿਹੜਾ ਵੀਰ ਕੋਈ ਖਰੀਦੂਗਾ, ਕੋਈ ਸਫ਼ਰ 'ਚ ਜਾਂਦਿਆਂ ਵੀ ਪਸ਼ੂ ਸੂ ਸਕਦਾ, ਇਸ ਕਰਕੇ ਬਸ ਆਈਡੀਆ ਤੁਸੀਂ ਮੰਨਿਓ ਵੀ ਅੱਜ ਭਲਕੀ ਆ, ਪੁੜੇ ਪੜੇ ਨਵਾਏ ਆ, ਬਿਲਕੁਲ ਪਤਲੇ ਪਿੰਡੇ ਦੀ ਆ, ਵੀ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਵੀ ਜੋ ਤੁਸੀਂ ਵੇਖਣਾ ਉਹ ਜਿਹੜਾ ਦੋਸਤੋ ਬਿਲਕੁਲ ਤੁਹਾਨੂੰ ਦਿਖਾਵਾਂਗੇ, ਬਿਲਕੁਲ ਪਤਲੇ ਪਿੰਡੇ ਦੀ। ਠੀਕ ਆ, ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ, ਬੈਸਟ ਆਰਡਰ ਕੁਆਲਿਟੀ ਆ। ਨੋਰਮਲੀ ਪਸ਼ੂ ਜਿਹੜੇ ਆ ਦੋਸਤੋ ਜਦੋਂ ਲੇਵਾ ਭਾਂਡਾ ਬਿਲਕੁਲ ਬਣਾਉਂਦੇ ਆ, ਬਿਲਕੁਲ ਸੂਨ ਦਾ ਨੇੜ ਹੁੰਦਾ, ਅਤੇ ਕਾਫੀ ਘੱਟ ਪਸ਼ੂ ਆ ਵੀ ਜਿਹੜੀ ਇੰਨੀ ਪ੍ਰੋਪਰ ਤਿਆਰੀ ਦੇ ਵਿੱਚ ਹੁੰਦੇ ਆ। ਠੀਕ ਆ, ਸੋ ਕਈ ਬਿਲਕੁਲ ਢਿੱਲਾ ਜਿਹਾ ਲੇਵਾ ਬਣਾ ਕੇ ਪਸ਼ੂ ਸੂ ਪੈਂਦੇ ਆ। ਸੋ ਆਹ ਵੇਖੋ ਤੁਸੀਂ, ਅਗਲੇ ਥਣਾਂ ਦਾ ਸਾਈਜ਼, ਮਗਰਲੇ ਥਣਾਂ ਦਾ ਸਾਈਜ਼ ਇੱਕ ਸਾਰ ਆ, ਅਗਲੇ ਨਾਲ ਅਗਲਾ, ਅਤੇ ਪਿਛਲੇ ਨਾਲ ਪਿਛਲਾ ਸਾਈਜ਼ ਵਿੱਚ ਬਰਾਬਰ, ਅਤੇ ਵਿੱਥਾਂ ਵੁੱਥਾਂ 'ਤੇ ਕਮਾਲ ਦੀਆਂ ਹੀ ਨੇ, ਤਕਰੀਬਨ ਵੰਡਾਂ ਵੇਖੋ, ਮਰਲਿਆਂ ਗੇ ਮਰਲੇ ਆ ਵੇਖੋ, ਅਤੇ ਮਗਰਲੇ ਪੈਰ ਧੋਤੇ ਆ। ਠੀਕ ਆ ਜੀ, ਪੱਖ ਮੈਂ ਤਾਂ ਕਹਿੰਦਾ ਦੋਸਤੋ ਨੀਲੀ ਦੇ ਵਿੱਚ ਜਿਹੜੇ ਮਾਰਕਿੰਗ ਆ, ਥੋੜ੍ਹੀ ਜਿਹੀ ਕਰੈਕਟਰ ਜਿਹੜੇ ਹੈਗੇ ਆ ਉਹ ਨੀਲੀ ਦੇ ਪਸ਼ੂਆਂ ਦੇ ਵਿੱਚ ਜੋ ਆਪਾਂ ਦੇਖਦੇ ਹਾਂ ਉਹ ਹੈਗੇ ਇਹਦੇ ਵਿੱਚ ਵੀ। ਠੀਕ ਆ, ਥੋੜ੍ਹਾ ਮੂੰਹ ਇਹਨੂੰ ਦਿਖਾਓ ਭਾਈ ਸ਼ਮਸ਼ੇਰ ਸਿਆ, ਆਹ ਦੇਖੋ ਜੀ। ਠੀਕ ਆ, ਅੱਖਾਂ ਦੇ ਵਿੱਚ ਜਵਾਬ ਆ ਪ੍ਰੋਪਰ, ਮੱਥਾ ਵੱਲ। ਸੋ ਬਾਕੀ ਸਿੰਗਾ ਸੁੰਗਾ ਦੀ ਬਣਤਰ ਸੋਹਣੀ ਆ, ਪੂਰਾ ਜਿੰਨਾ ਵੀ ਬਾਡੀ ਬਣਤਰ ਹੈਗਾ, ਸਟਰੈਕਚਰ ਆ, ਪੂਰੇ ਮੇਲ ਖਾਂਦੇ ਆ ਸਿੰਘ ਵੀ, ਅਤੇ ਖੋਲ੍ਹ ਕੇ ਤੋਰ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ। ਠੀਕ ਆ, ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ, ਉਮੀਦ ਆਪਾਂ ਚੰਗੀ ਕਰ ਸਕਦੇ ਹਾਂ, ਪਰ ਦਾਵਾ ਕੋਈ ਨਹੀਂ ਹੁੰਦਾ ਦੋਸਤੋ ਪਸ਼ੂ ਦਾ ਵੀ ਇੰਨਾ ਦੇ ਦੁੱਧ ਦੇ ਦੇਊਗਾ, ਇੰਨਾ ਪਾ ਦੂਗਾ, ਚੰਗੀ ਸੇਵਾ ਕਰ ਲੂਗਾ ਵੀ 10 ਤੋਂ ਬਾਹਰ ਜਿੰਨੀ ਮਰਜ਼ੀ ਚੰਗੀ ਖੁੱਲ੍ਹੀ ਤੁਸੀਂ ਜਵਾਈ ਕਰ ਲਿਓ।
ਬਾਈ ਸ਼ਮਸ਼ੇਰ ਇਸੇ ਤਰ੍ਹਾਂ ਹੀ ਨਾ 10 ਤੋਂ ਬਾਅਦ ਵੈਸੇ ਮੱਝ ਨੂੰ ਦੁੱਧ ਪਿਉਣਾ ਵੀ ਚਾਹੀਦਾ। ਉਹਨਾਂ ਨੇ ਵੀਰ ਜੀ ਸਾਨੂੰ ਕਿਹਾ ਵੀ 13 ਲੀਟਰ ਹੀ ਚੋਇਆ ਹੈ। ਹਾਂਜੀ, ਅੱਗੋਂ ਪਰਮਾਤਮਾ ਦੇ ਹੱਥੇ ਭਾਂਡਾ ਵੇਖਿਆ ਪਤਾ ਲੱਗ ਜਾਣਾ ਵੀ ਕੀ ਕੁਛ ਹੈ। ਇੱਕ ਆਈਡੀਆ ਹੋ ਜਾਂਦਾ ਭਾਂਡਾ ਵੇਖ ਕੇ, ਭਾਂਡੇ ਤੋਂ ਵੇਖਿਆ ਪਤਾ ਲੱਗ ਜਾਣਾ ਵੀ ਕੀ ਕੁਛ ਹੈ। ਆਹ ਦੇਖੋ ਜੀ, ਸੋ ਵਾਟਰ ਕੁਆਲਿਟੀ ਚੰਗੀ ਹੈ ਦੋਸਤੋ। 13 ਵੀ ਕਹਿਣਾ ਜਿਹੜਾ ਦੋਸਤੋ ਜਾਇਜ਼ ਆ, 14 ਲੀਟਰ ਵੀ ਕਹਿਣਾ ਜਾਇਜ਼ ਆ, ਪਰ ਮੈਂ ਪਹਿਲਾਂ ਕਹਿਤਾ ਵੀ 10 ਲੀਟਰ ਤੋਂ ਉੱਪਰ ਚੰਗੀ ਸੇਵਾ ਤੋਂ ਜਿੰਨਾ ਵੀ ਕੋਈ ਵੀਰ ਚੋ ਸਕਦਾ ਤੁਸੀਂ ਚਵਾਈ ਕਰ ਲਓਗੇ, ਠੀਕ ਆ। ਅਤੇ ਹਵਾਨਾ ਜਿੰਨਾ ਕੁ ਤਿਆਰੀ ਦੇ ਵਿੱਚ ਆ ਦੋਸਤੋ, ਅਗਾਂਹ ਨੂੰ ਉਨਾ ਹੀ ਪਛਾਣ ਨੂੰ, ਠੀਕ ਆ। ਬਿਲਕੁਲ ਇੱਕ ਤੀਰ ਕਮਾਨ, ਇੱਕ ਕਿਸ਼ਤੀ ਟਾਈਪ ਜਿਹੜਾ ਲੇਵਾ ਸਿੱਧੀ। ਆਹ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਫਿਰ ਆਪਾਂ ਰਾਊਂਡ ਤੋਂ ਜਿਹੜੀ ਦਿਖਾ ਦਿੰਦੇ ਹਾਂ, ਠੀਕ ਆ। ਕੋਈ ਡਰਾਕਲ ਨਹੀਂ ਗੀ, ਬਿਲਕੁਲ ਸੀਲ ਸਾਊਥ ਸ਼ਾਂਤ ਸੁਭਾਅ ਦੀ। ਇੱਕ ਵਾਰੀ ਫਿਰ ਤੋੜ ਦਿਓ, ਲਾਡੀ ਭਾਅ ਤੋੜ ਦਿਓ ਪਰ ਉਹਨੂੰ ਇੱਕ ਵਾਰੀ। ਸਹੀ ਸਹੀ, ਆਹ ਦੇਖੋ ਜੀ, ਸੋ ਕਾਫੀ ਜੀ ਜਿਹੜਾ ਦੋਸਤੋ ਇਹੋ ਜਿਹੇ ਪਸ਼ੂ ਨੂੰ ਵੇਖ ਕੇ ਕਾਫੀ ਜੀ ਕਰਦਾ ਵੀ ਜਿੰਨੀ ਸਿਫਤ ਕੀਤੀ ਜਾਵੇ ਉਨੀ ਥੋੜ੍ਹੀ ਆ। ਅਤੇ ਚੰਗਾ ਸਰੀਰਕ ਬਣਤਰ ਆ, ਚੰਗੇ ਪਿੱਠ ਪੁੜੇ ਦੀ ਆ, ਹਾਈਟ ਮੀਡੀਅਮ ਆ। ਜਿੱਦਾਂ ਆਪਾਂ ਨੋਰਮਲੀ ਇੱਕ ਨੀਲੀ ਰਾਵੀ ਦਾ ਪਸ਼ੂ ਦੇਖਦੇ ਹਾਂ, ਮਧਰੀ ਡੌਲੀ ਦੇ ਪਸ਼ੂ ਦੇਖਦੇ ਹਾਂ, ਹਾਈਟ ਮੀਡੀਅਮ ਕੋਈ ਵੀਰ ਮੰਨ ਕੇ ਸੌਦਾ ਕਰੇ, ਆਰਡਰ ਕੁਆਲਿਟੀ ਬੈਸਟ ਆ, ਠੀਕ ਆ। ਜੋ ਦੇਖ ਰਿਹਾ ਤੁਹਾਨੂੰ ਬਿਲਕੁਲ ਉਹ ਮੌਕੇ 'ਤੇ ਹਾਜ਼ਰ ਮਿਲੂਗਾ ਮਿਲੂਗਾ, ਠੀਕ ਆ। ਆਹ ਦੇਖੋ ਜੀ, ਠੀਕ ਆ। ਅੱਛਾ ਸ਼ਮਸ਼ੇਰ ਵੀਰੇ, ਕੀ ਇਹਦਾ ਮੁੱਲ ਕੀ ਕਰਦੇ, ਡਿਮਾਂਡ ਕੀ ਰੱਖੀ? ਮੁੱਲ ਤਾਂ ਵੀਰ ਜੀ ਭਾਵੇਂ 75,000 ਕਰਾ ਲਓ ਅਤੇ ਭਾਵੇਂ ਕਰਾ ਲਓ 72 ਜੀ, ਜਿਹੜੀ ਦੇਣ ਲੈਣੇ ਆਪਾਂ 68,000 ਦੀ ਦੇਵਾਂਗੇ। 68,000 ਦੀ, ਹਾਂਜੀ। ਲਓ ਵੀ ਦੋਸਤੋ, ਮੁੱਲ ਵੀ ਜਾਇਜ਼ ਆ, ਕੋਈ ਨਜਾਇਜ਼ ਨਹੀਂ ਗਾ, ਬਿਲਕੁਲ ਜਾਇਜ਼ ਮੁੱਲ 68,000 ਦੀ ਜਿਹੜੀ ਲੈ ਦੇ ਮੁੱਲ ਵੀਰਾਂ ਦਾ 75 ਕਰਾ ਲਓ, 72 ਕਰਾ ਲਓ, ਵੀ 68,000 ਜੈਸਨੋ। ਸੋ ਸੋਹਣੀ ਮਾਝਾ ਦੋਸਤੋ ਪਸੰਦ ਆਊਗੀ, ਅਤੇ ਬਾਕੀ ਤਪਾਈ ਤਪੂਈ ਬਿਲਕੁਲ ਨਾ ਤਿੱਪਣ ਪੋਲੀ, ਮੈਂ ਤੇ ਪੋਲੀ ਰੂੰ ਵਰਗੀ ਹੈ, ਚੌਂ ਥਣਾਂ ਦਾ ਇੱਕੋ ਜਿਹਾ ਹੈ ਪੋਲਾ, ਐਡੀ ਐਡੀ ਮੋਟੀ ਧਾਰ ਚੌਂ ਥਣਾਂ ਦੀ। ਲਓ ਵੀ ਇਹ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਦੋਸਤੋ, ਜ਼ਰੂਰ ਤੁਸੀਂ ਹੱਥ ਪਾ ਲਿਓ, ਜਿਹੜਾ ਵੀਰ ਕੋ ਉਹਦਾ ਨਿਰਖ ਫਰਕ ਕਰੂਗਾ, ਤਸੱਲੀ ਕਰੂਗਾ, ਆਪਦੀ ਤਿੱਪ ਕੇ ਤਸੱਲੀ ਕਰ ਲਿਓ। ਜੇਕਰ ਦੋਸਤੋ ਅੱਜ ਸੂ ਪੈਂਦੀ ਆ ਤਾਂ ਫਿਰ ਤਾਂ ਬਾਹਲੀ ਵਧੀਆ ਗੱਲ ਆ, ਪਸ਼ੂ ਆਪਦਾ ਚਵਾਈ ਕਰਕੇ ਲੈ ਕੇ ਜਾਂਦੇ ਰਹੋ, ਠੀਕ ਆ। ਅਤੇ ਸ਼ੇਪ ਸ਼ੂਪ ਕਾਫੀ ਸੋਹਣੀ ਆ, ਜਿੰਨਾ ਹਵਾਨਾ ਗਾਹ ਨੂੰ ਉਨੇ ਪਛਾਣ। ਸੋ ਜ਼ਰੂਰ ਤੁਸੀਂ ਟਰਾਈ ਮਾਰਿਓ, ਜ਼ਰੂਰ ਸੌਦਾ ਕਰਿਓ, ਠੀਕ ਆ ਜੀ, ਮੱਝ ਚੰਗੀ ਆ। ਲਓ ਜੀ, ਅਗਲੇ ਬੰਨੇ ਇੱਕ ਬਿਲਕੁਲ ਇੱਕ ਵੀਰ ਜੀ, ਮੈਂ ਥੋੜ੍ਹੀ ਜਿਹੀ ਬੇਨਤੀ ਕਰਨੀ ਆ ਵੀ ਮੇਰਾ ਵੀਰ ਜਿਹੜਾ ਕਈ ਪਾ ਕੇ 1,000-2,000 ਰੁਪਇਆ ਸਾਈ, ਉਹ ਆ ਦਿੰਦੇ ਵੀ ਮੱਝ ਲਿਓ ਅਤੇ ਪੈਸੇ ਇੱਥੇ ਆਣ ਕੇ, ਪਰ ਆਪਾਂ ਇਹ ਕੰਮ ਨਹੀਂ ਕਰਨਾ, ਪੈਸੇ ਸਾਰੇ ਖਾਤੇ 'ਚ ਆਉਣਗੇ ਅਤੇ ਫਿਰ ਆਪਾਂ ਮੱਝ ਭੇਜਣੀ। ਸਹੀ ਹੈ ਜੀ, ਹਾਂ, ਨਾਲ ਪੈਸੇ ਲੈਣ ਨਹੀਂ ਜਾਣਾ ਬਿਲਕੁਲ ਟੈਂਪੂ ਦੇ, ਜਿਹੜੀ ਗੱਲ ਆ ਬਿਲਕੁਲ, ਹਾਂ, ਤਾਂ ਮਾਹੌਲ ਉਸ ਤਰ੍ਹਾਂ ਦਾ ਹੈ ਅਤੇ ਪੈਸੇ ਹੁਣ ਸੋ ਬੰਦਾ ਕੋਈ ਅਭੀ ਨਬੀ ਹੋ ਜਾਵੇ ਰਾਜ ਅਤੇ ਫਿਰ ਨਹੀਂ ਕੋਈ, ਇਸੇ ਕਰਕੇ ਆਪਾਂ ਨੇ ਵੀਰ ਨੂੰ ਵੀ ਪੈਸੇ ਖਾਤੇ ਪਾਓ, ਆਣ ਕੇ ਆਪਦੀ ਤਸੱਲੀ ਕਰਕੇ ਖੜੋ। ਬਿਲਕੁਲ ਜੀ, ਬੇਸ਼ੱਕ ਆਪਦਾ ਟੈਂਪੂ ਲੈ ਆਉਣ ਅਤੇ ਪੈਸੇ ਨਾਲ ਲੈ ਕੇ ਆਉਣ, ਲੈ ਕੇ ਆਣ ਕੇ ਆਪਦੀ ਤਸੱਲੀ ਕਰਕੇ ਫਿਰ ਮੱਝ ਲੱਦ ਕੇ ਲੈ ਜਾਣ। ਹਾਂ, ਠੀਕ ਆ ਜੀ। ਸੋ ਬਾਕੀ ਇੱਕ ਜਿਹੜੀ ਮੇਨ ਜਿਹੜੀ ਲਾਸਟ ਜਿਹੜੀ ਦੋਸਤੋ ਫਾਈਨਲੀ ਗੱਲ ਮੁੱਕਦੀ ਹੈ ਵੀ ਆਪਦਾ ਪਸ਼ੂ ਜਾਂ ਨਰਕ ਪਰਖਾ ਘਰੇ ਆਣ ਕੇ ਕਰੋ, ਪੈਸੇ ਪੂਰੀ ਪੇਮੈਂਟ ਕਰਕੇ ਆਪਦਾ ਪਸ਼ੂ ਲੈ ਕੇ ਜਾਇਆ ਕਰੋ, ਠੀਕ ਆ। ਸੋ ਬਹੁਤੇ ਵੀਰ ਤਸੱਲੀ ਵੀ ਨਹੀਂ ਕਰਦੇ, ਤੁਸੀਂ 2-3,000 ਰੁਪਈਆ ਬਿਆਨਾ ਪਾ ਕੇ ਗਏ, ਕਿਉਂਕਿ ਹਰ ਇੱਕ ਜਿਹੜੀ ਆਪਾਂ ਕਹਿੰਦੇ ਪੰਜੇ ਉਂਗਲਾਂ ਬਰਾਬਰ ਨਹੀਂ ਗੀਆਂ, ਕੋਈ ਵੀ ਬਿਲਕੁਲ ਅੱਗੇ ਪੈਸੇ ਪੇਮੈਂਟ ਕਰਨ ਵਾਲੇ ਵੀ ਹੈਗੇ ਆ, ਕੋਈ ਬੰਦੇ ਅੱਗੇ ਖਰਾਬ ਕਰਨ ਵਾਲੇ ਵੀ ਹੈਗੇ, ਇਸ ਕਰਕੇ ਪਸ਼ੂ ਆਪਣਾ ਕਿੱਲੇ ਤੋਂ ਖੋਲ੍ਹਣ ਤੋਂ ਪਹਿਲਾਂ ਆਪਦੀ ਤਸੱਲੀ ਕਰੋ, ਪੂਰੀ ਪੇਮੈਂਟ ਕਰੋ, ਫਿਰ ਆਪਦਾ ਪਸ਼ੂ ਲੈ ਕੇ ਜਾਓ, ਠੀਕ ਆ ਜੀ। ਇਹ ਜ਼ਰੂਰੀ ਗੱਲਾਂ ਜ਼ਰੂਰ ਤੁਸੀਂ ਨੋਟ ਕਰ ਲਿਓ, ਠੀਕ ਆ। ਇਸ ਤੋਂ ਬਾਅਦ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ, ਬਿਲਕੁਲ ਇਹ ਪਹਿਲਾਂ ਨਹੀਂ ਸੁਣੀ ਆ ਜੀ? ਹਾਂਜੀ, ਇਹ ਵੀਰ ਜੀ ਪਹਿਲਾਂ ਹੈ, ਪਹਿਲਾਂ ਹੀ ਸੁਬਹ ਸੁਣੀ। ਹਾਂਜੀ, ਪਹਿਲਾਂ ਦਿਨ ਕਿੰਨੇ ਕੁ ਲੈਂਦੀ ਆ ਜੀ? ਕਲੂਨ ਆ ਜੀ, ਦਿਨ ਕੋਈ ਤਕਰੀਬਨ 10-15 ਦਿਨ ਲੈ ਜਾਊਗੀ। 10-15? ਹਾਂਜੀ। ਲਓ ਜੀ, ਪਹਿਲਾਂ ਸੁਬਹ ਦੋਸਤੋ ਸੁਣੀ ਆ, 10-15 ਦਿਨ ਹਜੇ ਸਮਾਂ ਕੱਚੀ ਆ, ਠੀਕ ਆ। ਝੋਟੀ ਉਸ ਤਰ੍ਹਾਂ ਠੰਡੀ ਧੀਰੀ ਆ, ਕੋਈ ਨਹੀਂ ਆ, ਵੇਖੋ ਥੱਲੇ ਗਾਵਾਂ ਨੂੰ ਭਾਵੇਂ ਥੱਲੇ ਹੱਥ ਫੇਰੀ ਉਹ। ਬਾਕੀ ਬਈ ਸ਼ਮਸ਼ੇਰ ਵੀ ਜਿੱਦਾਂ ਪਹਿਲਾਂ ਨੇ ਸੁਣਾ, ਥਣ ਥਣ ਪੂਰਾ ਮੁੱਠੀ ਵਾਲਾ ਹੈ। ਹਾਂ, ਥਣ ਬਹੁਤ ਮੁੱਠੀ ਵਾਲਾ ਹੈ, ਬਾਕੀ ਅਜੇ ਸ਼ਹਿਦ ਹੀ ਹੈ, ਕੋਈ ਦੁੱਧ ਨਹੀਂ ਗਾ ਬਣਿਆ, ਕੋਈ ਕੁਛ ਨਹੀਂ। ਬਿਲਕੁਲ,
ਤੇ ਲੇਵਾ ਵੀ ਜਿਹੜਾ ਦੋਸਤੋ ਬਿਲਕੁਲ ਬਟਨ ਵਾਲਾ ਲੇਵਾ, ਠੀਕ ਹੈ, ਬਟਨ ਵਾਲਾ ਲੇਵਾ ਸਾਰਾ ਬਣੂਗਾ, ਬਹੁਤ ਚੰਗੀ ਬਣੂਗੀ ਝੋਟੀ ਸਾਰੀ ਜਿੰਨੀ ਹੈਗੀ ਨਾ ਠੰਡੀ ਆ ਸੋਹਣੀ ਬਣੂਗੀ ਜਿੰਨੀ ਲਓ ਜੀ। ਠੀਕ ਆ, ਹਾਈ ਟੂ ਹੀਟ ਕੱਦ ਦੀ ਗੱਲ ਕਰ ਲਈਏ ਦੋਸਤੋ, ਕੱਦ ਤਕਰੀਬਨ ਸੋਹਣਾ ਹੈ, ਠੀਕ ਆ, ਮੀਡੀਅਮ ਤੋਂ ਪਲੱਸ ਆ, ਵੱਡੀਆਂ ਝੋਟੀਆਂ ਹੀ ਆ, ਹਜੇ ਬਿਲਕੁਲ ਝੋਟੀ ਨਵੀਂ ਆ, ਠੀਕ ਆ, ਅੱਗੇ ਹੋਰ ਵੀ ਕੱਦ ਕੁੱਦ ਕਰ ਜੂਗੀ ਪੂਰੀ ਜਵਾਨ ਹੋਣ ਤੱਕ, ਅਤੇ ਸਿਰੋਂ ਸਿੰਗੋਂ ਭੋਡੀ ਆ, ਠੀਕ ਆ, ਇਹ ਤੁਸੀਂ ਵੇਖ ਲਓ, ਆ ਵੇਖੋ, ਠੀਕ ਆ, ਭੋਡੀ ਆ ਸਿੰਗੋਂ, ਅਤੇ ਆਹ ਫੇਸ ਕੁਆਲਿਟੀ ਆ, ਜਿੰਨੀ ਵੀ ਆ ਨਿੱਗਰ ਆ ਪੂਰੀ ਆ, ਭਰਵੇਂ ਪਿੰਡੇ ਦੀ ਆ, ਸਭੀ ਸੂਬੀ ਚੰਗੀ ਆ, ਠੀਕ ਆ, ਲੇਵਾ ਬਣਾ ਲੂਗੀ 15 ਕੁ ਦਿਨਾਂ ਦੇ ਵਿੱਚ, ਪੂਰੀ ਤਿਆਰੀ ਦੇ ਉੱਤੇ ਹੋਊਗੀ, ਬਾਕੀ ਵਿੱਥ ਬੁੱਥ ਸੋਹਣੀ ਆ, ਚੱਪੇ ਚੱਪੇ ਅਤੇ ਵਿੱਥ ਆ, ਥਾਣ ਥੁਣ ਬਹੁਤ ਸੋਹਣੀ ਸ਼ੇਪ ਆ ਵੇਖੋ, ਠੀਕ ਆ, ਵੀ ਮੁੱਠੀ ਥਾਣ ਆ, ਵੀ ਕੋਈ ਇਹ ਵੀ ਨਹੀਂ ਹੈਗਾ ਵੀ ਛੋਟਾ ਇਹ ਥਾਣਾ, ਬਾਕੀ ਚਵਾਈ ਪੋਲੀ ਰਹੂਗੀ ਇਸ ਝੋਟੀ ਦੀ, ਕੋਈ ਕਰੜੀ ਜਿਹੜੀ ਆ ਚਵਾਈ ਨਹੀਂ ਹੋਊਗੀ, ਪੋਲੀ ਚਵਾਈ ਹੋਊਗੀ, ਤਿੱਪਣ ਬਹੁਤ ਪੋਲੀ ਆਈ, ਠੀਕ ਆ, ਪੋਲੀ ਰੂੰ ਵਰਗੀ, ਲਿਓ ਜੀ ਲਾਡੀ ਖੋਲ ਦਿਓ ਬਾਈ ਇਹਨੂੰ, ਖੋਲ, ਠੀਕ ਆ। ਸੋ ਪਸ਼ੂ ਦੋਵੇਂ ਅੱਜ ਦੋਸਤੋ ਬੈਸਟ ਪਸ਼ੂ ਆ, ਜਿਹੜੇ ਵੀਰ ਨੇ ਬਿਲਕੁਲ ਨਵਾਂ ਪਸ਼ੂ ਖਰੀਦਣਾ, ਝੋਟੀ ਖਰੀਦਣ ਦਾ ਕੋਈ ਵੀਰ ਚਾਹਵਾਨ ਆ, ਕਿਉਂਕਿ ਗਾਹਕ ਕੋਈ ਭੈਣ ਭਰਾ ਖਰੀਦਦਾਰ ਹਰ ਇੱਕ ਤਰ੍ਹਾਂ ਦਾ, ਉਹ ਝੋਟੀ ਤੁਸੀਂ ਖਰੀਦ ਸਕਦੇ ਜੇ, ਰੇਟ ਵੀ ਇਹਦਾ ਪੁੱਛਾਂਗੇ ਵੀਰ ਤੋਂ ਪਹਿਲਾਂ, ਉਸ ਤੋਂ ਇੱਕ ਵਾਰੀ ਤੁਹਾਨੂੰ ਤਸੱਲੀ ਨਾਲ ਤੋਰ ਕੇ ਦਿਖਾਉਣੇ ਆ, ਠੀਕ ਆ, ਬਦਲੇ ਪਿੰਡੇ ਦੀ ਆ ਅਤੇ ਪਹਿਲਾਂ ਝੋਟੀ ਸੁਣ ਜਾ ਰਹੀ ਆ, ਬਾਕੀ ਤਪਾਈ ਤਪੂਈ ਜਿਹੜੀ ਆ ਬਿਲਕੁਲ ਤਿੱਪਣ ਇੱਕ ਨੰਬਰ ਆ, ਕੋਈ ਵੀਰ ਆਪਣੀ ਤਸੱਲੀ ਕਰੇ, ਆਹ ਦੇਖੋ ਜੀ ਸਹੀ ਸਹੀ, ਬਿਲਕੁਲ ਸ਼ਾਂਤ ਜਿਹੇ ਸੁਭਾਅ ਦੀ ਹੈ ਦੋਸਤੋ, ਕੋਈ ਕਾਲਾ ਨਹੀਂ ਪਸ਼ੂ ਪੈਂਦਾ, ਠੀਕ ਆ, ਨੋਰਮਲੀ ਝੋਟੀਆਂ ਕਈ ਵਾਰ ਕਿਉਂਕਿ ਨਵੇਂ ਪਸ਼ੂ ਆ, ਪਹਿਲੀ ਵਾਰੀ ਅਗਲੇ ਘਰੋਂ ਨਿਕਲਦੇ ਆ, ਦੂਜੀ ਥਾਂ 'ਤੇ ਆਉਂਦੇ ਆ, ਅਤੇ ਜ਼ਿਆਦਾ ਬਿਲਕੁਲ ਭੱਜ ਦੌੜ ਕਰਦੇ ਆ, ਉਸ ਵੰਡ ਵਾਰ ਨਾਲ ਵੀ ਵੇਖੀਏ ਤਾਂ ਬਿਲਕੁਲ ਠੰਡੀ ਤੀਰੀ ਆ, ਸੀਲ ਆ ਪੂਰੀ, ਠੀਕ ਆ। ਸਭ ਤੋਂ ਵੱਡੀ ਗੱਲ ਵੀ ਦੋਸਤੋ, ਪਸ਼ੂ ਜਿਹੜਾ ਥਾਣ ਲੇਵੇ ਨੂੰ ਹੱਥ ਹੁੱਥ ਲਵਾਉਂਦਾ, ਅਤੇ ਅੱਗੇ ਚਵਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਗੀ, ਠੀਕ ਆ, ਡਰੱਕ ਭਜਾਕ ਜਿਹਾ ਪਸ਼ੂ ਨਹੀਂ ਗਾ, ਬਿਲਕੁਲ ਠੰਡੀ ਤੀਰੀ ਝੋਟੀ, ਪਹਿਲਾ ਸੂਆ ਫਸਟ ਟਾਈਮਰ ਜਿਹੜੀ ਆ ਸੁਣ ਜਾ ਰਹੀ ਆ, ਆਹ ਵੇਖੋ, ਠੀਕ ਆ ਵੀ, ਇਹੋ ਜਿਹੇ ਪਸ਼ੂ ਦੀ ਗਾਂ ਤੋਂ ਦੋਸਤੋ ਅੱਗੇ ਤੋਂ ਕੋਈ ਬੱਚਾ ਵੀ ਥੱਲੇ ਬਹਿ ਜੇ, ਉਹ ਵੀ ਬੱਚਾ ਵੀ ਕੋਈ ਚਵਾਈ ਕਰਕੇ ਉੱਠ ਸਕਦਾ, ਬਾਕੀ ਹਵਾਨਾ ਸੋਹਣਾ ਬਣਾਊਗੀ, ਚੌਰਸ ਲੇਵਾ ਬਣਾਊਗੀ, ਜਿਹੋ ਜਿਹਾ ਹੁਣ ਬਿਲਕੁਲ ਸਟਰਕਚਰ ਲੇਵੇ ਦਾ ਵਿਖਾਉਣਾ ਇਹਨੇ ਸ਼ੁਰੂ ਕਰਤਾ, ਵੀ ਸੋਹਣਾ ਲੇਵਾ ਬਣਾ ਲੂਗੀ, ਠੀਕ ਆ। ਅਤੇ ਸ਼ਮਸ਼ੇਰ ਵੀਰ ਕਿੰਨਾ ਇਹਦਾ ਮੁੱਲ ਕੀ ਰਹੂਗਾ ਫਿਰ? ਇਹਦਾ ਮੁੱਲ ਵੀਰ ਜੀ 65,000 ਰੁਪਇਆ ਕਰਦੇ ਹਾਂ। ਹਾਂਜੀ, ਜਿਹੜੀ ਦੇਣ ਲੈਣੇ ਆ ਉਹ ਆਪਾਂ ਐਂਡ 60 ਦੀ ਪੂਰੇ ਦੀ ਦੇਣੀ, ਪੂਰੇ 60 ਹਜ਼ਾਰ ਦੀ, ਠੀਕ ਹੈ ਜੀ। ਹਾਂਜੀ, ਡਿਮਾਂਡ 65,000 ਆ, ਲੈ ਦੇ ਦੋਸਤੋ 60,000, ਠੀਕ ਆ। ਸੋ ਝੋਟੀ ਬਿਲਕੁਲ ਚੰਗੀ ਆ, ਨਵੀਂ ਝੋਟੀ ਆ, ਅਤੇ ਰੇਟ ਵਾਜਬ ਆ, ਠੀਕ ਆ, ਜਾਇਜ਼ ਰੇਟ ਆ, ਵਾਜਬ ਰੇਟ ਨੇ, ਜ਼ਰੂਰ ਤੁਸੀਂ ਕਾਲ ਕਰਿਓ, ਨੰਬਰ ਆਪਾਂ ਪੁੱਛ ਲੈਂਦੇ ਹਾਂ। ਸ਼ਮਸ਼ੇਰ ਭਾਈ ਬੋਲਿਓ ਨੰਬਰ। ਨੰਬਰ ਵੀਰ ਜੀ 76969 88,805 88,720,2883, ਠੀਕ ਆ ਜੀ, ਠੀਕ ਆ। ਸੋ ਦੋਸਤੋ ਇਹ ਨੰਬਰ ਬਿਲਕੁਲ ਆਪਾਂ ਸਕਰੀਨ ਦੇ ਉੱਤੇ ਚੱਲਦੇ ਕਰ ਦਿੰਦੇ ਹਾਂ, ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੇ, ਦੋ ਪਸ਼ੂ ਆ, ਦੋ ਪਸ਼ੂਆਂ ਦਾ ਸੌਦਾ ਕਰ ਸਕਦੇ ਜੇ, ਚੰਗੇ ਆ ਪਸ਼ੂ, ਘਰੇ ਰੱਖਣ ਦੇ ਲਾਇਕ ਆ, ਘਰੇਲੂ ਪਸ਼ੂ ਜਿਹੜੇ ਵੀਰ ਨੇ ਖਰੀਦਣਾ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਜੇ, ਠੀਕ ਆ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।